ਦਿਨ ਦਿਹਾੜੇ ਬਜ਼ੁਰਗ ਨਾਲ ਹੋਈ ਖੋ, ਘਰ ਦੇ ਮੂਹਰੇ ਹੀ ਵਾਪਰੀ ਵਾਰਦਾਤ, 50,000 ਰੁਪਏ ਨਕਦੀ ਲੈ ਕੇ ਫਰਾਰ ਹੋਇਆ ਲੁਟੇਰਾ। ਖਬਰ ਅੰਮ੍ਰਿਤਸਰ ਦੇ ਜੰਡਿਆਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਬਜ਼ੁਰਗ ਦੇ ਨਾਲ ਖੋ ਦੀ ਵਾਰਦਾਤ ਸਾਹਮਣੇ ਆਈ ਹੈ। ਹਾਲਾਂਕਿ ਇਸ ਬਜ਼ੁਰਗ ਦੇ ਵੱਲੋਂ ਆਪਣੇ ਬੈਂਕ ਤੋਂ 50,000 ਰੁਪਏ ਦੀ ਨਕਦੀ ਕਢਾਈ ਜਾਂਦੀ ਹੈ ਅਤੇ ਫਿਰ ਜਦ ਉਹ ਘਰ ਨੂੰ ਆਉਂਦਾ ਹੈ ਤਾਂ ਰਾਹ 'ਚ ਉਸਦੇ ਘਰ ਦੇ ਠੀਕ ਬਾਹਰ ਹੀ ਇੱਕ ਲੁਟੇਰਾ ਪਹਿਲਾਂ ਹੀ ਬਾਈਕ 'ਤੇ ਉਸਦਾ ਪਿੱਛਾ ਕਰਦਾ ਹੁੰਦਾ ਅਤੇ ਮੌਕਾ ਵੇਖਦਿਆਂ ਹੀ ਉਹ ਬਜ਼ੁਰਗ ਦਾ ਜੋ ਥੈਲਾ ਉਸਨੇ ਹੱਥ ਵਿੱਚ ਫੜਿਆ ਹੁੰਦਾ ਉਸਨੂੰ ਖੋ ਕੇ ਫਰਾਰ ਹੋ ਜਾਂਦਾ। ਹਾਲਾਂਕਿ ਉਸ ਵਿੱਚ ਬਜ਼ੁਰਗ ਦਾ ਮੋਬਾਈਲ ਅਤੇ ਕੁਝ ਹੋਰ ਜ਼ਰੂਰੀ ਕਾਗਜ਼ਾਤ ਸਮੇਤ 50,000 ਰੁਪਏ ਦੀ ਨਕਦੀ ਵੀ ਮੌਜੂਦ ਸੀ। ਹਾਲਾਂਕਿ ਹੈਰਾਨ ਕਰਨ ਵਾਲਾ ਮਾਮਲਾ ਇਹ ਹੈ ਕਿਉਂਕਿ ਇਹ ਗਰੀਬ ਪਰਿਵਾਰ ਦੇ ਨਾਲ ਤਾਲੁਕਾਤ ਰੱਖਦਾ ਹੋਇਆ ਸ਼ਖਸ ਹੈ, ਕਿਉਂਕਿ ਜਿਸਦੀ ਖੁਦ ਮੰਡੀ ਦੇ ਵਿੱਚ ਚਾਹ ਦਾ ਖੋਖਾ ਹੈ ਅਤੇ ਦਿਨ ਰਾਤ ਮਿਹਨਤ ਦੀ ਕਮਾਈ ਨੂੰ ਜਦ ਉਹ ਆਪਣੇ ਬੈਂਕ ਦੇ ਖਾਤੇ 'ਚੋਂ ਕਢਾਉਣ ਦੇ ਲਈ ਗਿਆ ਤਾਂ ਉਸ ਤੋਂ ਬਾਅਦ ਹੀ ਕਹਿ ਸਕਦੇ ਹਾਂ ਕਿ ਇਹ ਜੋ ਲੁਟੇਰਾ ਸੀ ਇਹ ਬਾਈਕ 'ਤੇ ਇਸ ਬਜ਼ੁਰਗ ਦਾ ਪਿੱਛਾ ਕਰ ਰਿਹਾ ਸੀ ਅਤੇ ਜਦ ਉਸਨੇ ਮੌਕਾ ਦੇਖਿਆ ਤਾਂ ਉਸਨੇ ਮੌਕੇ 'ਤੇ ਹੀ ਬਜ਼ੁਰਗ ਦੇ ਕੋਲੋਂ ਉਸਦੇ 50,000 ਰੁਪਏ ਦੀ ਖੋਹ ਕਰ ਲਈ। ਖਬਰ ਅੰਮ੍ਰਿਤਸਰ ਦੇ ਜੰਡਿਆਲਾ ਤੋਂ ਸਾਹਮਣੇ ਆਈ ਹੈ। ਤੁਸੀਂ ਦੇਖ ਸਕਦੇ ਹੋ ਕਿ CCTV ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬਜ਼ੁਰਗ ਆਪਣੇ ਘਰ ਨੂੰ ਆਉਂਦਾ ਹੋਇਆ ਵਿਖਾਈ ਦਿੰਦਾ ਅਤੇ ਇੱਕ ਬਾਈਕ 'ਤੇ ਸਵਾਰ ਸ਼ਖਸ ਜਿਸਨੇ ਹੈਲਮਟ ਪਾਇਆ ਹੁੰਦਾ ਅਤੇ ਉਹ ਪਹਿਲਾਂ ਅਗਾਹ ਨੂੰ ਜਾਂਦਾ ਅਤੇ ਫਿਰ ਵਾਪਸੀ ਨੂੰ ਜਦ ਬਜ਼ੁਰਗ ਆਪਣੇ ਘਰ ਦੇ ਠੀਕ ਗੇਟ 'ਤੇ ਕੋਲ ਪਹੁੰਚਦਾ ਹੈ ਤਾਂ ਉੱਥੇ ਹੀ ਮੌਕੇ 'ਤੇ ਉਹ ਬਾਈਕ ਸਵਾਰ ਆ ਕੇ ਉਸਦੇ ਕੋਲੋਂ ਉਸਦਾ ਜੋ ਥੈਲਾ ਉਸਦੇ ਹੱਥ 'ਚ ਫੜਿਆ ਹੁੰਦਾ ਬਜ਼ੁਰਗ ਨੇ ਉਹ ਖੋਹ ਕਰਕੇ ਭੱਜ ਜਾਂਦਾ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਤਾ ਗਿਆ ਹੈ। CCTV ਜੋ ਤਸਵੀਰਾਂ ਨੇ ਉਹ ਖੰਗਾਲੀਆਂ ਜਾ ਰਹੀਆਂ ਨੇ, ਅੱਗੇ ਦੀ ਜੋ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਪਰ ਪਰਿਵਾਰ ਦਾ ਇਹ ਕਹਿਣਾ ਹੈ ਕਿ ਜਿਸ ਹਿਸਾਬ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਪੁਲਿਸ ਨੂੰ ਇਸ 'ਤੇ ਜਲਦ ਤੋਂ ਜਲਦ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਜੋ ਸਾਡੀ ਦਿਨ ਰਾਤ ਮਿਹਨਤ ਦੀ ਕੀਤੀ ਗਈ ਕਮਾਈ ਜੋ ਸ਼ਖਸ ਦੇ ਵੱਲੋਂ ਖੋਹ ਕੀਤੀ ਗਈ ਹੈ ਉਸਨੂੰ ਸਾਨੂੰ ਜਲਦ ਤੋਂ ਜਲਦ ਸੌਂਪਣਾ ਚਾਹੀਦਾ ਹੈ। ਅਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ CCTV ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਬਾਈਕ 'ਤੇ ਇੱਕ ਬਜ਼ੁਰਗ ਦੇ ਨਾਲ ਖੋਹ ਕਰਦਾ ਅਤੇ ਉਸਦੇ 50,000 ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਬੈਂਕ 'ਚੋਂ ਮੈਂ ਪੈਸੇ ਕਢਾ ਕੇ ਲਿਆ 50,000 ਰੁਪਈਆ ਅਤੇ ਰਕਸ਼ੇ 'ਤੇ ਮੈਂ ਉੱਥੋਂ ਜਦੋਂ ਤੁਰਿਆ ਇਹ ਕਿਤੇ ਬੰਦਾ ਮਗਰ ਤੁਰਿਆ ਆਇਆ, ਮੈਨੂੰ ਨਹੀਂ ਪਤਾ ਲੱਗਾ, ਮੋਟਰਸਾਈਕਲ 'ਤੇ ਇੱਥੇ ਆ ਕੇ ਮੈਂ ਉਤਰਿਆ ਆਪਣੇ ਡੇਅਰੀ ਲਾਗੇ ਅਤੇ ਡੇਅਰੀ ਲਾਗੋਂ ਇਹ ਮਗਰ ਮੋਟਰਸਾਈਕਲ ਲਾ ਲਿਆ ਇਹਨੇ ਖਲੋ ਕੇ ਅਤੇ ਫਿਰ ਗਾਂਹ ਲੈ ਗਿਆ ਅਤੇ ਫਿਰ ਆਉਂਦਿਆਂ ਇਹਨੇ ਮੈਨੂੰ, ਮੈਂ ਤੁਰਿਆ ਆਇਆ ਇਕੱਲਾ ਹੀ ਪੈਸੇ ਦੇ ਕੇ ਰਿਕਸ਼ੇ ਵਾਲੇ ਨੂੰ, ਅਤੇ ਆਉਂਦਿਆਂ ਮੈਨੂੰ ਝਪਟ ਮਾਰੀ ਇੱਥੋਂ ਚੋਇਆ ਸੀ ਮੇਰੇ ਕੋਲ ਖੋ ਕੇ ਭੱਜ ਗਿਆ। ਫਿਰ ਮੈਂ ਮਗਰ ਗਿਆ ਵੀ ਹਾਂ ਅਤੇ ਕੋਈ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਇਹਨੇ ਕਿਤੇ ਨਿਕਲ ਗਿਆ ਇਹਨੂੰ। ਦੇਣੇ ਸੀ ਬੈਂਕ ਆਪਣੇ ਪੈੜੀ ਦੇ ਮੈਂ ਤਾਂ 50,000 ਰੁਪਇਆ ਲਿਆ ਇੱਕੇ ਦਾ ਨਹੀਂ ਨਿਕਲਣੇ। ਹਾਂਜੀ ਕੰਮ ਪੈਸੇ ਸਾਡੇ ਵਾਪਸ ਆ ਜਾਣਾ, ਨਾਲ ਮੋਬਾਈਲ ਆ, ਨਾਲ ਪਰਨਾ ਆ, ਨਾਲ ਵਿੱਚ ਹੀ ਉਹਦੀ ਮੇਰੀ ਕਾਪੀ ਆ, ਬੈਂਕ ਦੀ ਕਾਪੀ ਵੀ ਆ।
ਇਹਦਾ ਨੇ ਵੀ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਇੱਕ ਦਿਨ, ਤੇ ਫਿਰ ਬੰਦ ਹੋਣੀਆਂ ਚਾਹੀਦੀਆਂ। ਸਰਕਾਰ ਹੀ ਬੰਦ ਕਰ ਸਕਦੀ ਆ। ਮੇਰੇ ਫਾਦਰ ਸਾਹਿਬ ਕੋਈ ਪੈਸੇ ਖੋ ਕੇ ਲੈ ਗਿਆ, ਬਾਈਕ ਤੇ ਸੀਗਾ ਮੁੰਡਾ, ਤੇ ਰਸਤੇ ਚੋਂ ਮਤਲਬ ਗੇਟ ਦੇ ਗਾੜੀਓਂ ਖੋ ਕੇ ਲੈ ਗਏ ਆ। ਪਿੱਛੋਂ ਕੋਈ ਬਾਈਕ ਤੇ ਆਇਆ ਮੁੰਡਾ, ਹੈਲਮੇਟ ਪਾਇਆ ਹੋਇਆ ਉਹਨੇ, ਪੂਰਾ ਆਪਣਾ ਫੇਸ ਕਵਰ ਕੀਤਾ ਹੋਇਆ ਸੀਗਾ, ਤੇ ਮੋਟਰਸਾਈਕਲ ਦੇ ਉੱਪਰ ਨੰਬਰ ਵੀ ਕੋਈ ਨਹੀਂ ਆ। ਅਸੀਂ ਰਿਕਾਰਡਿੰਗ ਵਗੈਰਾ ਵੀ ਚੈੱਕ ਕਰਵਾਈਆਂ ਜੋ ਸਾਡੇ ਮੁਹੱਲੇ ਤੇ ਕੈਮਰੇ ਲੱਗੇ ਹੋਏ ਆ, ਤੇ ਬਟ ਉਹਦੇ ਵਿੱਚ ਕੁਛ ਵੀ ਨਹੀਂ ਆਇਆ। ਤੇ ਬਸ ਸਾਨੂੰ ਤੇ ਇਹੀ ਉਮੀਦ ਆ ਕਿ ਪ੍ਰਸ਼ਾਸਨ ਕੁਛ ਕਰੇ, ਇਹਨਾਂ ਚੀਜ਼ਾਂ ਦੇ ਉੱਤੇ ਰੋਕਥਾਮ ਲਗਾਵੇ, ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਇਹੋ ਜਿਹੇ ਲੋਕਾਂ ਨੂੰ ਜੋ ਗਰੀਬਾਂ ਦੇ ਨਾਲ ਧੱਕਾ ਕਰਦੇ ਨੇ। ਗਰੀਬ ਐਡੀ ਮੁਸ਼ਕਲ ਪੈਸਾ ਇਕੱਠਾ ਕਰਦਾ ਵਾ ਮਿਹਨਤ ਕਰਕੇ, ਤੇ ਇਹੋ ਜਿਹੇ ਲੋਕ ਇੱਕ ਮਿੰਟ ਨਹੀਂ ਲਾਉਂਦੇ ਬਰਬਾਦੀ ਕਰਨ ਲੱਗਿਆ।